ਐਚਐਸ ਫੁਲਕਾ ਹੋਰਾਂ ਨੇ ਵੀ ਇੱਕ 2020 ਦਾ ਟੀਚਾ ਰੱਖਿਆ ਹੈ, ਕਿਆ ਕੁਛ ਹੈ ਇਹ ਨਾਲ ਗੱਲਬਾਤ ਕਰਦੇ ਹਾਂ। ਫੁਲਕਾ ਸਾਹਿਬ, ਤੁਸੀਂ ਵੀ 2020 ਕਹਿ ਰਹੇ ਕੁਛ ਹੋਏਗਾ, ਕੀ ਕਰਨ ਜਾ ਰਹੇ ਹੋ? ਮੈਂ ਨਾ ਬੜੀ ਕੋਸ਼ਿਸ਼ ਕੀਤੀ ਕਿ ਜੋ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਮੁੱਢਲੀ ਸਿਹਤ ਸਹੂਲਤਾਂ ਨੇ ਉਹਨਾਂ ਦਾ ਬੜਾ ਬੁਰਾ ਹਾਲ ਹੈ। ਅਸੀਂ ਇੱਕ ਮੋਬਾਈਲ ਡਿਸਪੈਂਸਰੀ ਪਿੱਛੇ 2.5 ਸਾਲ ਤੋਂ ਚਲਾ ਰਹੇ ਹਾਂ, ਪਿੰਡਾਂ ਪਿੰਡ ਪਿੰਡ ਜਾ ਕੇ ਦਵਾਈਆਂ ਦੇ ਦੀਆਂ, ਅਤੇ ਉਹ ਮੋਡਿਊਲ ਬੜਾ ਲੋਅ ਕੋਸਟ ਮੋਡਿਊਲ ਆ। ਅਤੇ ਮੈਂ ਬੜੀ ਕੋਸ਼ਿਸ਼ ਕੀਤੀ, ਵਿਧਾਨ ਸਭਾ ਦੇ ਵਿੱਚ ਵੀ 2 ਵਾਰੀ ਬੋਲਿਆ, ਹੈਲਥ ਮਿਨਿਸਟਰ ਨੇ ਇਹਦੀ ਤਾਰੀਫ ਵੀ ਬੜੀ ਕਰਤੀ, ਪਰ ਉਹ ਮੋਡਿਊਲ ਅੱਗੇ ਚੱਲਿਆ ਨਹੀਂ, ਸਰਕਾਰ ਨੇ ਉਹਨੂੰ ਅੱਗੇ ਅਡੋਪਟ ਕਰਕੇ ਅੱਗੇ ਨਹੀਂ ਚਲਾਇਆ। ਅਤੇ ਹੁਣ ਸਰਕਾਰ ਦੇ ਵੱਲ ਦੇਖਣ ਦਾ ਕੋਈ ਫਾਇਦਾ ਨਹੀਂ, ਇਕੱਲਾ ਸਰਕਾਰ ਨੂੰ ਗਾਲਾਂ ਕੱਢ ਕੇ ਕੋਈ ਫਾਇਦਾ ਨਹੀਂ ਹੈ। ਅਤੇ ਮੈਂ ਹੁਣ ਜਿਹੜਾ ਜਥੇਦਾਰ ਅਕਾਲ ਸਾਹਿਬ ਨੂੰ ਮਿਲ ਰਿਹਾ, ਅਤੇ ਉਹਨਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਇੱਕ ਉਹ ਸ਼ੁਰੂ ਕਰਨ ਮੁਹਿੰਮ ਦਵਾਈਆਂ ਦਾ ਲੰਗਰ। ਦੇਖੋ, ਜੋ ਅਸੀਂ ਦਸਵੰਧ ਦਾ ਪੈਸਾ ਆਪਣਾ ਲੰਗਰ 'ਤੇ ਲਾਉਂਦੇ ਹਾਂ, ਦਵਾਈਆਂ ਦਾ ਲੰਗਰ ਇਹ ਵੀ ਗਰੀਬਾਂ ਦੀ ਸੇਵਾ, ਦਵਾਈਆਂ ਦਾ ਲੰਗਰ। ਔਰ ਜਿਹੜਾ ਮੈਂ ਕੌਲ ਦਿੱਤੀ ਹੈ ਕਿ 2020 ਦਵਾਈਆਂ ਦਾ ਲੰਗਰ, ਕਿ ਸਨ 2020 ਦੇ ਵਿੱਚ ਅਸੀਂ ਪੰਜਾਬ ਦੇ ਹਰ ਪਿੰਡ ਦੇ ਵਿੱਚ ਦਵਾਈਆਂ ਦਾ ਲੰਗਰ ਸ਼ੁਰੂ ਕਰ ਦਈਏ। ਜਥੇਦਾਰ ਸਾਹਿਬ ਨੂੰ ਮੈਂ ਕਿਹਾ ਕਿ ਉਹ ਇਹ ਐਲਾਨ ਕਰਨ ਕਿ ਪਿੰਡ ਦੇ ਹਰ ਗੁਰਦੁਆਰੇ 'ਚ ਹਫ਼ਤੇ 'ਚੋਂ ਇੱਕ ਵਾਰੀ ਦਵਾਈਆਂ ਦਾ ਲੰਗਰ ਲਗਾਇਆ ਜਾਵੇ, ਅਤੇ ਜਿੰਨੇ ਵੀ ਡਾਕਟਰ ਆ ਉਹ ਹਫ਼ਤੇ 'ਚੋਂ ਇੱਕ ਵਾਰੀ ਕਿਸੇ ਨਾ ਕਿਸੇ ਪਿੰਡ ਵਿੱਚ ਆ ਕੇ ਆਪਣੀਆਂ ਸੇਵਾਵਾਂ ਦੇਣ, ਅਤੇ ਨਾਲ ਕੋਈ ਨਾ ਕੋਈ ਜੋ ਦਸਵੰਧ ਦੇਣ ਵਾਲਾ ਹੈ ਉਹ ਦਵਾਈਆਂ ਦਾ ਉੱਥੇ ਇੰਤਜ਼ਾਮ ਕਰੇ। ਇਸ ਤਰ੍ਹਾਂ ਦੀ ਸਕੀਮ ਬਣਾ ਕੇ ਦੇ ਰਹੇ ਹਾਂ। ਹੁਣ ਜਿਹੜੀ ਮੈਂ ਦਾਖੇ ਹਲਕੇ ਦੇ ਵਿੱਚ ਚਲਾਈ ਹੋਈ ਹੈ ਡਿਸਪੈਂਸਰੀ, ਉਹ ਅੱਜ 2.5 ਸਾਲ ਹੋ ਗਏ ਆ ਉਹਨੂੰ ਚੱਲਦੇ ਹੋਏ, ਅਤੇ ਅਸੀਂ ਰੋਜ਼ 4 ਪਿੰਡਾਂ ਵਿੱਚ ਜਾਈਦਾ, ਗੁਰਦੁਆਰੇ ਦੇ ਵਿੱਚ ਇੱਕ ਕਮਰਾ ਲੈ ਲਈਦਾ, ਜਾ ਕੇ ਉੱਥੇ ਬੈਠ ਕੇ ਟੀਮ, ਸਾਡੇ ਕੋਲ 2 MBBS ਡਾਕਟਰ ਆ, ਨਾਲ ਟੈਸਟ ਵੀ ਨਾਲ ਹੁੰਦੇ ਆ, ECG ਮਸ਼ੀਨ ਵੀ ਨਾਲ ਆ, ਅਤੇ ਸਟਾਫ ਨਰਸ ਦਵਾਈਆਂ ਉੱਥੇ ਨਾਲ ਦੇਈਦੀਆਂ, ਫ੍ਰੀ ਦੇਈਦੀਆਂ ਦਵਾਈਆਂ ਵੀ, ਅਤੇ ਨਾਲ ਦੀ ਨਾਲ ਇੱਕ ਕੌਂਸਲਰ ਆ ਨਸ਼ੇ ਛਡਾਉਣ ਲਈ ਵੀ। ਬਹੁਤ ਸਾਰੇ ਉੱਥੇ ਜੋ ਨਸ਼ੇ ਕਰਨ ਵਾਲੇ ਸੀ ਉਹਨਾਂ ਨੂੰ ਵੀ ਨਸ਼ੇ ਛਡਾਏ ਆ, ਹੁਣ ਤੱਕ 700 ਦੇ ਕਰੀਬ ਅਸੀਂ ਨਸ਼ੇ ਕਰਨ ਵਾਲਿਆਂ ਦਾ ਇਲਾਜ ਕੀਤਾ, 300 ਤੋਂ ਉੱਪਰ ਚੜ ਚੁੱਕੇ ਆ। ਅਤੇ ਜਿਹੜੇ ਦੂਜੇ ਮਰੀਜ਼ ਨੇ ਉਹ ਤਾਂ ਤਕਰੀਬਨ 1 ਲੱਖ ਦੇ ਕਰੀਬ ਹੁਣ ਇਸ ਟਾਈਮ ਫਿਗਰ ਪਹੁੰਚਣ ਵਾਲੀ ਆ, ਜਿਹਨਾਂ ਦਾ ਇਲਾਜ ਕਰ ਚੁੱਕੇ ਹਾਂ। ਜੇ ਦੀ ਗੱਲ ਕਰੀਏ, ਕਿੰਨਾ ਖਰਚਾ ਆਉਂਦਾ ਇੱਕ ਮੋਬਾਈਲ ਡਿਸਪੈਂਸਰੀ, ਇਸ ਤਰ੍ਹਾਂ ਤੁਸੀਂ ਕਹਿੰਦੇ ਗੁਰਦੁਆਰਿਆਂ ਵਿੱਚ ਲੜਨ, ਤਾਂ ਕਿੰਨਾ ਖਰਚਾ ਆਏਗਾ, ਅਤੇ ਉਹ ਖਰਚਾ ਕਿਆ ਗੁੱਲਕ 'ਤੇ ਨਿਕਾਲਿਆ ਜਾਏ ਜਾਂ ਕੋਈ ਹੋਰ ਕਰੇ ਪਿਆ? ਨਹੀਂ, ਗੋਲਕ 'ਚੋਂ ਨਹੀਂ, ਕਿਉਂਕਿ ਗੁਰਦੁਆਰੇ ਪਿੰਡ ਦੇ ਗੁਰਦੁਆਰਿਆਂ ਦੀ ਆਮਦਨ ਘੱਟ ਆ, ਕੁਛ ਕੁ ਗੁਰਦੁਆਰੇ ਨੇ ਜਿਨ੍ਹਾਂ ਦੇ ਨਾਲ ਜ਼ਮੀਨਾਂ ਨੇ ਉੱਥੇ, ਉਹ ਜਿਨ੍ਹਾਂ ਦੇ ਨਾਲ ਜ਼ਮੀਨਾਂ ਨੇ ਉੱਥੋਂ ਕੱਢਿਆ ਜਾ ਸਕਦਾ। ਬਲਕਿ ਜਿਹੜਾ ਹੁਣ ਅਸੀਂ ਕਰਦੇ ਹਾਂ, ਸਾਡੇ ਕੋਲ 2 MBBS ਡਾਕਟਰ ਆ, ਪੂਰਾ ਸਟਾਫ ਆ, ਅਤੇ ਸਾਡਾ ਇੱਕ ਪਿੰਡ ਦਾ ਖਰਚਾ 20,000 ਰੁਪਏ ਮਹੀਨਾ ਆਉਂਦਾ। ਹੁਣ ਇਹ ਤੁਸੀਂ, ਅਸੀਂ 20 ਪਿੰਡਾਂ ਜਾਂਦੇ ਹਾਂ, ਅਤੇ ਸਾਡਾ ਸਾਲ ਦਾ 40 ਲੱਖ ਰੁਪਈਆ ਜਿਹੜਾ ਇਹ ਖਰਚਾ ਆਉਂਦਾ, ਇਹ 20 ਪਿੰਡ ਕਵਰ ਕਰਨ ਦਾ। ਤੋ ਇੱਕ ਪਿੰਡ ਦਾ 20,000 ਰੁਪਇਆ ਮਹੀਨਾ, ਉਹ ਵੀ ਅਸੀਂ ਡਾਕਟਰ ਨੂੰ ਤਨਖਾਹ ਦਿੰਦੇ ਹਾਂ। ਜੇ ਡਾਕਟਰ ਵਲੰਟੀਅਰ ਕਰਨਗੇ, ਨਾਲ ਦੇ ਸ਼ਹਿਰ 'ਚੋਂ ਕੋਈ ਡਾਕਟਰ ਵਲੰਟੀਅਰ ਆ ਕੇ ਕਰੇਗਾ, ਤਾਂ ਇਹ ਖਰਚਾ 14-15 ਹਜ਼ਾਰ ਤੋਂ ਜ਼ਿਆਦਾ ਨਹੀਂ ਹੈ। ਅਤੇ ਉਹ ਜਿਹੜੇ ਗੁਰਦੁਆਰਿਆਂ 'ਚ ਜ਼ਮੀਨਾਂ ਨੇ ਉਹ ਤਾਂ 14-15 ਹਜ਼ਾਰ ਰੁਪਇਆ ਮਹੀਨਾ ਦੇ ਸਕਦੇ ਆ, ਉੱਥੋਂ ਕਰਨ। ਜਿਨ੍ਹਾਂ 'ਚ ਜ਼ਮੀਨਾਂ ਨਹੀਂ, ਉਹ ਜਾਂ ਤਾਂ NRI ਤੋਂ ਅਸੀਂ ਸਕੀਮ ਬਣਾਈ ਆ, NRI ਤੋਂ ਸਪੋਰਟ ਲਵਾਂਗੇ। 14-15 ਹਜ਼ਾਰ ਰੁਪਇਆ ਮਹੀਨਾ ਦੇਣਾ ਕੋਈ ਵੱਡੀ ਗੱਲ ਨਹੀਂ, ਉਹਨਾਂ ਦੇ $200 ਬਣਦੇ ਆ। ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਮੁਲਾਕਾਤ ਕਰਨੀ, ਇਹਨੂੰ ਲੈ ਕੇ ਲੈਟਰ ਵੀ ਲਿਖਤਾ ਹੈ, ਕਿਆ ਸਰਕਾਰਾਂ ਨੂੰ ਨਾਲ ਵੀ ਕੁਛ ਇਹਨੂੰ ਲੈ ਕੇ ਗੱਲਬਾਤ ਹੋਏਗੀ ਜਾਂ ਸਿਰਫ ਹਲੇ SGPC ਦੇ ਸਿੱਖ ਜਥੇਬੰਦੀਆਂ ਨਾਲ ਹੀ ਗੱਲਬਾਤ ਚੱਲ ਰਹੀ ਹੈ? ਸਰਕਾਰ ਦੇ ਨਾਲ ਅਜੇ ਨਹੀਂ, ਕਿਉਂਕਿ ਉਹ ਮੈਂ ਬੜੀ ਕੋਸ਼ਿਸ਼ ਕਰ ਚੁੱਕੇ ਹਾਂ, ਵਿਧਾਨ ਸਭਾ 'ਚ ਵੀ ਮੈਂ 2 ਵਾਰੀ ਕਹਿ ਚੁੱਕੇ ਹਾਂ, ਪਰ ਸਰਕਾਰ ਨੇ ਬਿਲਕੁਲ ਇਹਨੂੰ ਅਡੋਪਟ ਨਹੀਂ ਕੀਤਾ, ਇਹ ਮਾਡਲ ਨੂੰ ਅਡੋਪਟ ਨਹੀਂ ਕੀਤਾ। ਸਰਕਾਰ ਦੇ ਨਾਲ ਬਾਅਦ ਦੇ ਵਿੱਚ ਜਾ ਕੇ ਦੇਖਿਆ ਜਾਊ, ਜੇ ਸਰਕਾਰ ਨਾਲ ਵੀ ਚਲੋ ਠੀਕ ਹੈ, ਮਿਲ ਕੇ ਚਲੇ ਜਾਓ, ਕੋਈ ਸਰਕਾਰ ਦੇ ਨਾਲ ਇਹ, ਮੈਂ ਇਹਨੂੰ ਪੋਲੀਟੀਕਲ ਲੈਵਲ ਤੋਂ ਉੱਪਰ ਉੱਠ ਕੇ ਚਲਾਉਣਾ ਚਾਹੁੰਦਾ ਕਿ ਸਾਰੇ ਜਣੇ ਰਲ ਕੇ ਚੱਲੀਏ। ਹੁਣ ਜਿਹੜੀ ਮੇਰੀ ਆਪਣੀ ਵੀ ਮੋਬਾਈਲ ਡਿਸਪੈਂਸਰੀ ਹੈ ਜੋ ਅਸੀਂ ਦਾਖੇ ਚਲਾ ਰਹੇ ਹਾਂ, ਉਹਦੇ 'ਚ ਜੋ ਹੁੰਦੇ MLA ਆ ਮਨਪ੍ਰੀਤ ਸਿੰਘ ਯਾਲੀ, ਮੈਂ ਉਹਨਾਂ ਨੂੰ ਵੀ ਕਿਹਾ, ਮੈਂ ਜਦੋਂ ਸ਼ੁਰੂ ਕੀਤੀ ਉਦੋਂ ਵੀ ਉਹਨਾਂ ਨੂੰ ਬੁਲਾਇਆ ਸੀ, ਉਹ ਜੋ ਕਾਂਗਰਸ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਵੀ ਬੁਲਾਇਆ ਸੀ, ਹੁਣ ਜਿਹੜੇ ਕਾਂਗਰਸ ਦੇ ਹੁਣ ਹਾਰੇ ਆ ਸੰਦੀਪ ਸੰਧੂ, ਉਹਨਾਂ ਨੂੰ ਵੀ ਕਿਹਾ ਕਿ ਪ੍ਰੋਜੈਕਟ ਸਾਹਿਬ ਦਾ ਸਾਂਝਾ ਪ੍ਰੋਜੈਕਟ ਆ, ਅਤੇ ਇਹ ਪਿੰਡਾਂ ਵਿੱਚ ਚਲਾਇਆ ਜਾਵੇ, ਪੋਲੀਟਿਕਸ 'ਚ ਉੱਪਰ ਉੱਠ ਕੇ ਚਲਾਇਆ ਜਾਵੇ। ਸਰਕਾਰ ਦੀ ਮਦਦ ਅਲਟੀਮੇਟਲੀ ਅਸੀਂ ਲਵਾਂਗੇ, ਪਰ ਹੁਣ ਜਿਹੜੀ ਸਕੀਮ ਬਣਾ ਕੇ ਚੱਲੀ ਜਾਵੇ ਉਹ ਇੱਕ ਕੌਮ ਵੱਲੋਂ, ਸਿੱਖ ਕੌਮ ਵੱਲੋਂ, ਸੰਗਤ ਵੱਲੋਂ ਇਹ ਸਕੀਮ ਹੋਵੇ, ਉਹ ਬਣਾ ਕੇ ਚੱਲੇ। ਅਤੇ ਬਿਲਕੁਲ, ਗੁਰਦੁਆਰਿਆਂ 'ਚ ਵੀ ਲੰਗਰ ਲੱਗੇ ਪਰ ਲੰਗਰ ਦਵਾਈ ਦਾ ਲੱਗੇ, ਕਿਉਂਕਿ ਸਿਹਤ ਜਿਹੜੀ ਬਿਮਾਰੀਆਂ ਨੇ ਉਹ ਪਿੰਡਾਂ 'ਚ ਵੱਧਦੀਆਂ ਜਾ ਰਹੀਆਂ ਨੇ। ਇਹਨੂੰ ਲੈ ਕੇ ਹੁਣ ਅਕਾਲ ਤਖਤ ਦੇ ਜਥੇਦਾਰ ਸਾਹਿਬ ਨਾਲ ਮੁਲਾਕਾਤ ਹੈ, ਲੈਟਰ ਵੀ ਲਿਖਿਆ ਹੈ, ਦੇਖਣਾ ਹੋਏਗਾ ਅੱਗੇ ਕਿਸ ਤਰ੍ਹਾਂ ਇਹ ਸਕੀਮ ਸਿਰੇ ਚੜ੍ਹਦੀ ਹੈ। ਦਿੱਲੀ ਤੋਂ ਕੈਮਰਾਮੈਨ ਲਕਸ਼ਯ ਨਾਲ ਨਿਤਿਨ ਦੀਮਾਨ, ਦੈਨਿਕ ਸਵੇਰਾ TV। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ? ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ 'ਤੇ ਵਟਸਐਪ ਕਰੋ।
और अपना कनेडा जाने का सपना साकार करो। मिया रफीक मोहम्मद, फ्री सेवा फ्री समाधान, 51 मिनटा विच घर बैठे हुन तक हेठ लिखे रिकॉर्ड केस हल, वशीकरण, लव मैरिज, पीआर, लॉटरी सट्टा नंबर, संतानहीनता दे धोखा खाए भैन भरा लई फ्री सेवा, सिद्धियां ते चार इलमां दे बेताज बादशाह, तकदीर कदों बदलेगी, सच्चा प्यार मिलेगा जां नहीं, लॉटरी नंबर पाओ। जेकर तुहाडा अजे तक कम नहीं होया तां इधर उधर ना भटको, सानू फोन करो। मियां रफीक मोहम्मद